ਜਨਿਤ ਸੰਪਤੀ ਪਟਿਆਲਾ ਵੱਲੋਂ ਬਾਗਬਾਨੀ ਵਿਭਾਗ ਪਟਿਆਲਾ ਨਾਲ ਮਿਲ ਕੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਬਾਰਾਂਦਰੀ ਬਾਗ ਵਿੱਚ 70 ਦੇ ਕਰੀਬ ਫਲਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ। ਇਹ ਜਨਿਤ ਸਮਿਤੀ ਕੀ ਨਿਊ ਜੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹੜਾ ਬੂਟੇ ਲਗਾਏ ਜਾ ਰਹੇ ਨੇ ਇੱਥੇ। ਜਿਹੜੇ ਵੀ ਪੇੜ ਇੱਥੋਂ ਟੁੱਟ ਗਏ ਸੀ ਉਹਨਾਂ ਨਵੇਂ ਪੇੜ ਲਗਾਏ ਗਏ ਨੇ। ਅਤੇ ਇੱਥੋਂ ਇੱਕ ਮੈਸੇਜ ਹੀ ਹੈ ਕਿ ਵੀ ਇਹ ਸਿਰਫ ਇੱਥੇ ਇੱਕ ਬੰਦੇ ਨੂੰ ਨਹੀਂ ਲਗਾਉਣੇ ਚਾਹੀਦੇ। ਜਿਵੇਂ ਸ਼ਰਮਾ ਜੀ ਦੇ ਐਫਰਟਸ ਨੇ ਉਹ ਮਤਲਬ ਇਹ ਕੰਮ ਕਰਦੇ ਨੇ। ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਘਰ ਦੇ ਬਾਹਰ ਆਪਣੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਗ੍ਰੀਨਰੀ ਜ਼ਰੂਰ ਕਰਨੀ ਚਾਹੀਦੀ ਹੈ। ਇਹ ਬੇਸਿਕਲੀ ਸਾਰਿਆਂ ਦੇ ਪੋਲਿਊਸ਼ਨ ਤੋਂ ਰਹਿਤ ਕਰਨਾ ਚਾਹੀਦਾ। ਪਟਿਆਲਾ ਵੈਸੇ ਬਹੁਤ ਜ਼ਿਆਦਾ ਗ੍ਰੀਨ ਹੈ। ਇਸ ਤੋਂ ਬਾਅਦ ਜਿੰਨੇ ਵੱਧ ਐਫਰਟ ਕਰ ਸਕਦੇ ਨੇ ਉਹ ਕਰਨੀ ਚਾਹੀਦੀ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਰੋਨਾ ਦੌਰਾਨ ਆਕਸੀਜਨ ਦੀ ਬੜੀ ਘਾਟ ਆਈ ਹੈ ਜੀ, ਇਸ ਨੂੰ ਲੈ ਕੇ ਲੋਕਾਂ ਨੂੰ ਕੀ ਮੈਸੇਜ ਜਾਂਦਾ ਆਮ ਲੋਕਾਂ ਨੂੰ? ਦੇਖੋ ਲੋਕ ਜਿਵੇਂ ਇੱਕ ਵਿਦੇਸ਼ਾਂ 'ਚ ਕੀ ਹੁੰਦਾ ਜਿੱਥੇ ਨਵਾਂ ਘਰ ਬਣਦਾ ਉਹਦੇ ਘਰ ਦੇ ਬਾਹਰ ਇੱਕ ਬੂਟਾ ਲਾ ਦਿੱਤਾ ਜਾਂਦਾ। ਉਹ ਬੂਟਾ ਲਾਉਣ ਦਾ ਕਾਰਨ ਹੀ ਇਹ ਹੁੰਦਾ ਕਿ ਵੀ ਉਹਦੇ ਘਰ ਦੀ ਜਿਹੜੀ ਸਟਰੈਂਥ ਹੈ, ਜਿਵੇਂ ਜਿਵੇਂ ਘਰ ਵੱਡਾ ਹੋਏਗਾ ਉਹ ਬੂਟਾ ਵੀ ਵੱਡਾ ਹੋਏਗਾ, ਉਹ ਪਰਿਵਾਰ ਵੀ ਉਦੋਂ ਆਕਸੀਜਨ ਵੀ ਪ੍ਰੋਪਰ ਮਿਲੇਗੀ। ਇਹੋ ਜਿਹਾ ਕੋਈ ਉਪਰਾਲਾ ਸਰਕਾਰ ਨੂੰ ਕਰਨਾ ਚਾਹੀਦਾ। ਕੋਈ ਵੀ ਨਵਾਂ ਹਾਊਸ ਬਣ ਰਿਹਾ ਜਾਂ ਘਰ ਬਣ ਰਿਹਾ ਉਹਦੇ ਨਾਲ ਅਟੈਚ ਕਰ ਦੇਣਾ ਚਾਹੀਦਾ ਕਿ ਇਸ ਘਰ ਦੇ ਨਾਲ ਦੋ ਬੂਟੇ ਲਗਾਉਣੇ ਜ਼ਰੂਰੀ ਨੇ। ਇਹ ਸਰਕਾਰ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਇਹਦੇ ਨਾਲ ਗ੍ਰੀਨਰੀ ਹੋਰ ਵਧੇਗੀ। ਹੋਰ ਬਹੁਤ ਚੀਜ਼ਾਂ ਇੰਪਲੀਮੈਂਟ ਕਰਦੇ ਨੇ ਗ੍ਰੀਨਰੀ ਲਈ, ਇਹੋ ਜਿਹਾ ਕੁਛ ਨਾਲ ਜ਼ਰੂਰ ਇੰਪਲੀਮੈਂਟ ਕਰੋ। ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਸ਼ਾ ਮੁਕਤੀ ਵਾਸਤੇ ਵੀ ਕੈਂਪ ਲਾਏ ਜਾਂਦੇ ਨੇ ਅਤੇ ਨਾਲ ਨਾਲ ਵਾਤਾਵਰਨ ਪ੍ਰੇਮੀ ਜਿਹੜੇ ਆ ਉਹ ਆਪਣੇ ਬੂਟੇ ਲਾ ਕੇ ਬਾਗਬਾਨੀ ਦੇ ਵਿੱਚ ਅਤੇ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਪਲਾਂਟੇਸ਼ਨ ਵੀ ਕਰਾਈ ਜਾਂਦੀ ਹੈ ਜਗ੍ਹਾ ਜਗ੍ਹਾ 'ਤੇ। ਸਾਡੇ ਪੁਲਿਸ ਰੈਂਜ 'ਚ ਵੀ ਕਰਾਈ ਗਈ ਆ। ਅੱਜ ਅਸੀਂ PPSC ਦੇ ਸਾਹਮਣੇ ਚਿਲਡਰਨ ਪਾਰਕ ਦੇ ਵਿੱਚ ਆਪਣੇ ਪੌਦੇ ਲਗਾਏ ਗਏ ਨੇ ਆਪਣੇ ਯੋਗਦਾਨ ਨਾਲ NGO ਦੇ, ਅਤੇ ਇਹਦੇ ਨਾਲ ਵਾਤਾਵਰਨ ਜਿਹੜਾ ਇਹ ਸ਼ੁੱਧ ਰਹੂਗਾ। ਜਿੱਥੋਂ ਮੇਰੇ ਨਾਲ ਵਿਕਾਸ ਪੁਰੇ ਜੀ, ਫਾਸਟਵੇ ਦੇ ਡਾਇਰੈਕਟਰ ਖੜ੍ਹੇ ਆ, ਸਾਡੇ ਵਰਮਾ ਜੀ, ਜੋਸ਼ੀ ਸਾਹਿਬ, ਗਰੇਵਾਲ ਸਾਹਿਬ, ਜਗੀ ਜੱਗੀ ਜੀ, ਮੈਡਮ ਸਿਮਰਨ ਜੀ ਜਿਹੜੇ ਕਿ ਹਾਰਟੀਕਲਚਰ ਦੇ ਡਿਪਟੀ ਡਾਇਰੈਕਟਰ SDO ਸਾਹਿਬ ਆ, ਇੰਚਾਰਜ ਹੈ। ਅਤੇ ਅੱਜ ਅਸੀਂ ਇਹਨਾਂ ਨੇ ਹਾਰਟੀਕਲਚਰ ਡਿਪਾਰਟਮੈਂਟ ਨੇ ਫਰੂਟ ਦੇ ਬੂਟੇ ਲਾਉਣੇ ਸੀ, ਅਤੇ ਉਹਨਾਂ ਸਾਨੂੰ ਉਹਨਾਂ ਨੇ 20 ਬੂਟੇ ਅਤੇ 50 ਬੂਟੇ ਹੋਰ ਇਹ ਚਿਲਡਰਨ ਪਾਰਕ 'ਚ ਲਗਾਏ ਆ। ਅਤੇ ਸਾਨੂੰ ਪੂਰੀ ਉਮੀਦ ਹੈ ਅਸੀਂ ਹਫ਼ਤੇ 10 ਦਿਨਾਂ 'ਚ 1000 ਬੂਟਾ ਆਪਣੀ ਜਨਸੰਪਤੀ ਵੱਲੋਂ ਹਰ ਸਾਲ ਜਿਵੇਂ ਲਗਾ ਰਹੇ ਹਾਂ ਅਸੀਂ ਲਗਾਵਾਂਗੇ, ਤਾਂ ਕਿ ਇੱਕ ਪਟਿਆਲੇ ਦਾ ਇਨਵਾਇਰਮੈਂਟ ਬਹੁਤ ਅੱਛਾ ਬਣ ਸਕੇ, ਲੋਕ ਬਿਮਾਰੀਆਂ ਤੋਂ ਬਚ ਸਕਣ, ਪੋਲਿਊਸ਼ਨ ਘੱਟ ਸਕੇ, ਔਰ ਪਟਿਆਲੇ ਦੇ ਜਿਹੜੇ ਲੋਕ ਆ ਬੜੀ ਅੱਛੀ ਤਰ੍ਹਾਂ ਜੀ ਸਕਣ। ਬਹੁਤ ਅੱਛੀ ਮੁਹਿੰਮ ਇੱਕ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਜੀ, ਹਾਰਟੀਕਲਚਰ ਡਿਪਾਰਟਮੈਂਟ ਵੱਲੋਂ। ਇਹਨਾਂ ਦਾ ਟਾਰਗੇਟ ਹੈ ਵੀ 1.25 ਲੱਖ ਦੇ ਨਜ਼ਦੀਕ ਅਸੀਂ ਬੂਟੇ ਪੰਜਾਬ ਦੇ ਵਿੱਚ ਅੱਜ ਇੰਸਟਾਲ ਕਰ ਰਹੇ ਹਾਂ ਜਿਹੜੇ ਫਲਦਾਰ ਬੂਟੇ ਹੋਣਗੇ। ਸੋ ਸਾਡੀ ਸੰਸਥਾ ਜਨਿਤ ਸਮਿਤੀ ਜਿਹੜੀ ਕਿ ਆਏ ਸਾਲ ਜੁਲਾਈ, ਅਗਸਤ, ਸਪਤੰਬਰ ਦੇ ਸੀਜ਼ਨ ਦੇ ਵਿੱਚ 1500 ਤੋਂ 2000 ਦਰਖਤ ਲਗਾਉਂਦੀ ਹੈ, ਅੱਜ ਅਸੀਂ ਵੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਮੈਡਮ ਸਿਮਰਨਜੀਤ ਕੌਰ ਜੀ ਦੀ ਅਗਵਾਈ 'ਚ। ਸੋ ਅਸੀਂ ਤਕਰੀਬਨ ਅੱਜ 50 ਦਰਖਤ ਬੂਟੇ ਜਿਹੜੇ ਹੈਗੇ ਫਲਾਂ ਦੇ ਲਾਵਾਂਗੇ। ਸੋ ਬਾਕੀ ਲੋਕਾਂ ਨੂੰ ਵੀ ਸੱਦਾ ਹੈ ਵੀ ਆਓ, ਆਪਾਂ ਵੱਧ ਤੋਂ ਵੱਧ ਦਰਖਤ ਲਗਾਈਏ ਅਤੇ ਪੰਜਾਬ ਨੂੰ ਹਰਿਆਵਲ ਪੰਜਾਬ ਬਣਾਈਏ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਹਦਾ ਨਾਂ ਸਵਾਂਜਣਾ ਬੂਟਾ, ਅੰਗਰੇਜ਼ੀ 'ਚ ਇਹਨੂੰ ਮਰਿੰਗੋ ਕਹਿੰਦੇ ਹੈ। ਇਹਦੇ 100 ਫਾਇਦੇ ਕਹੇ ਜਾਂਦੇ, 100 ਬਿਮਾਰੀਆਂ ਦਾ ਇਲਾਜ ਕਰਦਾ। ਜ਼ਿਆਦਾ ਜ਼ਰੂਰੀ ਚੀਜ਼ ਹੈ ਕੁਦਰਤੀ ਕੈਲਸ਼ੀਅਮ ਇਹਦੇ ਵਿੱਚ। ਇਹਦੀ ਤੁਸੀਂ ਪੱਤਿਆਂ ਦੀ ਚਟਨੀ ਬਣਾ ਲਓ, ਇਹਦੀਆਂ ਫਲੀਆਂ ਲੱਗਦੀਆਂ ਉਹਦੀ ਸਬਜ਼ੀ ਬਣਾ ਲਓ, ਅਤੇ ਇਹ ਖਾਣ ਨਾਲ ਸਾਡੇ ਜਿਹੜੇ ਜੋੜਾਂ 'ਚ ਦਰਦ ਆ ਬਿਲਕੁਲ ਠੀਕ ਹੋ ਜਾਂਦੇ, ਕਿਉਂਕਿ ਨੈਚੁਰਲ ਕੈਲਸ਼ੀਅਮ ਹੈ ਇਹਦੇ ਵਿੱਚ। ਅਤੇ ਬਹੁਤ ਅੱਛਾ ਬੂਟਾ, ਔਰ ਬੜਾ ਛੋਟੇ ਗਮਲੇ 'ਚ ਵੀ ਲੱਗ ਜਾਂਦਾ, ਘਰੇ ਲਾ ਲਓ ਅਤੇ ਵੱਡਾ ਦਰਖਤ ਵੀ ਹੋ ਜਾਂਦਾ ਵਾ, ਇਹਦਾ ਇਹੀ ਫਾਇਦਾ ਹੈ। ਔਰ ਆਹ ਸੀਜ਼ਨ ਆ ਗਿਆ, ਆਹ ਦਿਨ ਹੈਗੇ ਜਦੋਂ ਇਹਨੂੰ ਲਗਾਉਣਾ ਚਾਹੀਦਾ, ਔਰ ਛੋਟਾ ਬੂਟਾ ਲੈ ਕੇ ਜਾਣਾ ਚਾਹੀਦਾ ਤਾਂ ਕਿ ਜਲਦੀ ਲੱਗ ਜਾਵੇ।